ਸਾਸਰੀਆ ਕਲ ਮੈਂ ਪਰਮਜੀਤ ਕੋਰ ਸਾਨੀ ਤੇ ਰੋਜ਼ਾਨਾ ਦੀ ਤਰ੍ਹਾਂ ਇੱਕ ਵਾਰ ਫਿਰ ਲਾਈਵ ਰੂਬਰੂ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਆਰ ਪਰ ਲੈ ਕੇ ਦੇਸ਼ ਦੁਨੀਆ ਦੀਆਂ ਤਾਜ਼ਾਤਰੀਨ ਖਬਰਾਂ ਦੇ ਉੱਪਰ ਆਰ ਪਰ ਦੀ ਚਰਚਾ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਨਕ ਜੀ ਸਭ ਤੋਂ ਪਹਿਲਾਂ ਮਾਨਕ ਸਾਹਿਬ ਸਵਾਗਤ ਕਰਦੇ ਹਾਂ ਜੀ ਸ਼ੁਕਰੀਆ ਜੀ ਸਸਰੀਆ ਜੀ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਣੇ ਆ ਅਸੀਂ ਸਭ ਜਾਣਦੇ ਹਾਂ ਕਿ ਇਨੀ ਦਿਨੀ ਕਿਸਾਨੀ ਅੰਦੋਲਨ ਕਿਸਾਨੀ ਸੰਘਰਸ਼ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਅੱਜ ਦੀ ਜੋ ਮੁੱਖ ਖਬਰ ਹੈ ਕਿ ਜਗਰਾਉਂ ਦੀ ਦਾਣਾ ਮੰਡੀ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਪਹਿਲੀ ਮਹਾ ਕਿਸਾਨ ਪੰਚਾਇਤ ਬੁਲਾਈ ਗਈ ਹੈ ਇਸ ਕਿਸਾਨ ਮਹਾ ਪੰਚਾਇਤ ਨੂੰ ਪਰਮਾ ਹੁੰਗਾਰਾ ਜੋ ਮਿਲ ਰਿਹਾ ਸੋ ਇਸ ਦੇ ਬਾਬਤ ਵਿਚਾਰ ਚਰਚਾ ਕਰਦੇ ਹਾਂ ਜਾ ਮਾਨਕ ਸਾਹਿਬ ਜੇ ਮਹਾਪੰਚਾਇਤ ਲਈ ਲੋਕ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਕਿਸਾਨਾਂ ਦੀ آمد ਹੋਣੀ ਸ਼ੁਰੂ ਹੋ ਚੁੱਕੀ ਹੈ ਨਾਲ ਦੀ ਨਾਲ ਪ੍ਰਸ਼ਾਸਨ ਦੇ ਸਖਤ ਸੁਰੱਖਿਆ ਪ੍ਰਬੰਧ ਵੇਖਣ ਨੂੰ ਮਿਲ ਰਹੇ ਨੇ ਭਾਰੀ ਫੋਰਸ ਦਾ ਨਾਜਗਰਾਉਂ ਮੰਡੀ ਦੇ ਵਿੱਚ ਕੀਤੀ ਗਈ ਹੈ ਹੁਣ ਜੋ ਇੱਕ ਉਮੀਦ ਬਣੀ ਹੈ ਕਿ ਇਹ ਮਹਾਪੰਚਾਇਤ ਕਿਸਾਨੀ ਅੰਦੋਲਨ ਨੂੰ ਹੋਰ ਵੀ ਬਲ ਬਖਸ਼ੇਗੀ ਹੋਰ ਵੀ ਮਜ਼ਬੂਤ ਕਰੇਗੀ ਪਰਮਜੀਤ ਜੀ ਅਸੀਂ ਸਾਰੇ ਜਾਣਦੇ ਆ ਕਿ ਪਿਛਲੇ ਲਗਭਗ 4 ਮਹੀਨਿਆਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਦਿੱਲੀ ਵਿੱਚ ਵੀ ਹੁਣ ਤਾਂ ਜਿਹੜੇ ਆ ਸਰਦਾਂ ਪਰ ਬੈਠੇ ਕਿਸਾਨ ਆ ਜਾਂ ਉਹਨਾਂ ਦੇ ਜਿਹੜੇ ਧਰਨੇ ਆ ਉਹਨਾਂ ਨੂੰ ਵੀ 2 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਪੰਜਾਬ ਚੋਂ ਇਹ ਅੰਦੋਲਨ ਬੜੇ ਜ਼ੋਰ ਸ਼ੋਰ ਨਾਲ ਉੱਠਿਆ ਸੀ ਤੇ ਲਗਾਤਾਰ ਜਿਹੜੇ ਆ ਲਗਭਗ 150 ਥਾਮਾ ਤੇ ਧਰਨੇ ਜਿਹੜੇ ਆ ਚੱਲਦੇ ਰਹੇ ਕਿਸਾਨਾਂ ਦੇ ਔਰ ਕਿਸਾਨ ਉਹਦੇ ਵਿੱਚ ਨਿਰੰਤਰ ਵੱਡੀ ਪੱਧਰ ਤੇ ਸ਼ਿਰਕਤ ਕਰਦੇ ਰਹੇ ਆ ਉਹ ਤੋਂ ਬਾਅਦ ਜਦੋਂ ਅੰਦੋਲਨ ਦਾ ਜਿਹੜਾ ਕੇਂਦਰ ਆ ਜਿਹੜਾ ਦਿੱਲੀ ਨਾਲ ਲੱਗਦੇ ਬਾਰਡਰ ਬਣੇ ਤੇ ਉਹ ਤੋਂ ਬਾਅਦ ਫਿਰ 26 ਜਨਵਰੀ ਦਾ ਘਟਨਾਗਰਮ ਵਾਪਰਿਆ ਉਹਦੇ ਨਾਲ ਜਿਹੜਾ ਕਿਸਾਨ ਅੰਦੋਲਨ ਹੈ ਜਿਹੜਾ ਉਹ ਤੋਂ ਬਾਅਦ ਜੋ ਕਹਾयत ਨੇ ਜਿੱਦੀ ਜਿਹੜੀ ਭੱਬਕ ਵੀਡੀਓ ਸਾਹਮਣੇ ਆਈ ਉਹਦੇ ਨਾਲ ਅੰਦੋਲਨ ਜਿਹੜਾ ਉਤਰੀ ਭਾਰਤ ਦੇ ਜਿਹੜੇ ਹਿੰਦੀ ਖੇਤਰ ਆ ਉਹਨਾਂ 'ਚ ਬੜੇ ਜ਼ੋਰਦਾਰ ਢੰਗ ਨਾਲ ਫੈਲ ਗਿਆ ਅਸੀਂ ਹੁਣ ਜਾਣਦੇ ਆ ਕਿ ਉੱਤਰਾਖੰਡ 'ਚ ਉੱਤਰ ਪ੍ਰਦੇਸ਼ ਰਾਜਸਥਾਨ ਉਦੇ ਜਿਹੜੇ ਪ੍ਰਦੇਸ਼ ਆ ਉਹਨਾਂ ਦੇ ਵਿੱਚ ਅੰਦੋਲਨ ਨੇ ਹਰਿਆਣਾ ਵਿੱਚ ਵੀ ਉਹ ਤੋਂ ਬਾਅਦ ਅੰਦੋਲਨ ਨੇ ਬੜੀ شدت ਨਾਲ ਜ਼ੋਰ ਫੜਿਆ ਤੇ ਬਹੁਤ ਸਾਰੀਆਂ ਖਾਪ ਪੰਚਾਇਤਾਂ ਹਰਿਆਣਾ ਤੇ ਉੱਤਰ ਪ੍ਰਦੇਸ਼ ਚ ਹੋਈਆਂ ਆ ਗਈਆਂ ਇਹ ਉਹਦੇ ਨਾਲ ਜਿਹੜਾ ਇੱਕ ਕਿਸਮ ਦਾ ਜਿਹੜਾ ਅੰਦੋਲਨ ਦਾ ਕੇਂਦਰ ਹੈ ਉਹ ਸਿੰਗੂ ਬਾਰਡਰ ਤੋਂ ਜਿੱਥੇ ਜ਼ਿਆਦਾ ਕਮਾਂਡ ਜਿਹੜੀ ਪੰਜਾਬੀ ਕਿਸਾਨ ਜਥੇਬੰਦੀਆਂ ਦੇ ਹੱਥੇ ਸੀ ਉਹ ਕਮਾਂਡ ਜਿਹੜੀ ਆ ਗਾਜ਼ੀਪੁਰ ਬਾਰਡਰ ਵੱਲ ਤਬਦੀਲ ਹੋ ਗਈ ਕਿਉਂਕਿ ਰਕੇਸ਼ ਟਕੈਤ ਜਿਹੜਾ 26 ਜਨਵਰੀ ਦੇ ਘਟਨਾਕਰਮ ਤੋਂ ਬਾਅਦ ਕਿਸਾਨ ਅੰਦੋਲਨ ਦੇ ਮੁੱਖ ਚਿਹਰੇ ਦੇ ਤੌਰ ਤੇ ਉੱਭਰ ਆਇਆ ਬਿਨਾਂ ਸ਼ੱਕ ਇਹਦੇ ਨਾਲ ਜਿਹੜਾ ਕਿਸਾਨ ਅੰਦੋਲਨ ਹੈ ਉਹਨੂੰ ਤਾਕਤ ਮਿਲੀ ਹੈ ਤੇ ਜਿਹੜਾ ਕੇਂਦਰ ਸਰਕਾਰ ਦੇ ਯਤਨ ਸੀਗੇ ਕਿ ਇਹ ਸਿਰਫ ਪੰਜਾਬ ਦਾ ਅੰਦੋਲਨ ਹੈ ਚਾਹੇ ਸਿੱਖ ਕੱਟਗਣਤੀ ਇਹਦੇ ਪਿੱਛੇ ਜਿਆਦਾ ਹੈ ਇਹਦੇ ਵਿੱਚ ਖਾਲਿਸਤਾਨੀ ਵੱਖਵਾਦੀ ਨਕਸਲੀ ਕੀ ਮਾਵ ਵਾਦੀ ਪਤਾ ਪਤਾ ਨਹੀਂ ਕੀ ਕੀ ਕਿਹਾ ਇਸ ਅੰਦੋਲਨ ਨੂੰ ਕੇ ਲੋਕ ਸ਼ਾਮਲ ਹੋ ਗਏ ਕਮਾਂਡ ਇਹਨਾਂ ਦੇ ਹੱਥ ਚ ਨਹੀਂ ਰਹੀ ਇਹ ਜਿਹੜਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਬਾਕੀ ਦੇਸ਼ ਦੇ ਕਿਸਾਨਾਂ ਨਾਲੋਂ ਬਾਕੀ ਦੇਸ਼ ਦੇ ਲੋਕਾਂ ਨਾਲੋਂ ਅਲੱਗ-ਥਲੱਗ ਕਰਨ ਦੀ ਜਿਹੜੀ ਇੱਕ ਰਣਨੀਤੀ ਜਿਹੜੀ ਹੈ ਭਾਜਪੀ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਤੇ ਜਿਹੜੀ ਕੇਂਦਰ ਦੀ ਸਰਕਾਰ ਆ ਜਿਹੜੀ ਉਹਨੇ ਘੜੀ ਸੀ ਉਹਨੂੰ ਜਿਹੜਾ ਇਹ 26 ਜਨਵਰੀ ਤੋਂ ਬਾਅਦ ਜੋਗਜ ਵੀ ਹੋਇਆ ਕਿਸਾਨ ਅੰਦੋਲਨ ਦੇ ਵਿੱਚ ਉਹਨੇ ਉਹਨੂੰ ਫੇਲ ਕਰਤਾ ਜਿਹੜਾ ਉਹ ਕਿਸਾਨ ਅੰਦੋਲਨ ਹੋਰ ਮਜ਼ਬੂਤ ਹੋ ਕੇ ਉੱਭਰਿਆ ਪਰ ਕਿਉਂਕਿ ਫੋਕਸ ਦਿੱਲੀ ਦੇ ਆਲੇ ਦੁਆਲੇ ਕੇਂਦਰਿਤ ਹੋ ਗਿਆ ਸੀਗਾ ਪੰਜਾਬ 'ਚ ਭਾਵੇਂ ਜਿਹੜੀਆਂ ਧਰਨੇ ਵਕ ਵਕ ਥਾਵਾਂ ਤੇ ਚੱਲ ਰਹੇ ਸੀ ਪਰ ਵੱਡੀ ਕੋਈ ਜਿਹੜੀ ਰੈਲੀ ਜਾਂ ਵੱਡਾ ਕੋਈ ਐਕਸ਼ਨ ਜਿਹੜਾ ਉਹ ਤੋਂ ਬਾਅਦ ਪੰਜਾਬ 'ਚ ਹੋਇਆ ਨਹੀਂ ਹੈਗਾ ਇਸ ਕਰਕੇ ਕਿਸਾਨ ਲੀਡਰ ਜਿਹੜੇ ਪੰਜਾਬ ਦੇ ਉਹਨਾਂ ਨੇ ਮਹਿਸੂਸ ਕੀਤਾ ਕਿ ਬਾਹਰ ਇਹੇ ਪ੍ਰਭਾਵਨਾ ਜਾਵੇ ਕਿ ਹੁਣ ਅੰਦੋਲਨ ਜਿਹੜਾ ਪੰਜਾਬ 'ਚ ਕਮਜ਼ੋਰ ਹੋ ਗਿਆ ਤੇ ਬਾਹਰ ਦੇ ਪ੍ਰਦੇਸ਼ਾਂ 'ਚ ਮਜ਼ਬੂਤ ਹੋ ਗਿਆ ਉਹਨਾਂ ਨੇ ਇੱਕ ਵਾਰ ਫੇਰ ਆਪਣੀ ਤਾਕਤ ਦਾ ਪ੍ਰਗਟਾਵਾ ਕਰਨ ਲਈ ਆਪਣੀ ਜਿਹੜੀ ਜਥੇਬੰਦਕ ਸ਼ਕਤੀ ਹੈ ਜਿਹੜਾ ਉਹਨਾਂ ਨੂੰ ਕਿਸਾਨਾਂ ਦਾ ਜਿਹੜਾ ਉਹਨਾਂ ਨੂੰ ਸਮਰਥਨ ਮਿਲ ਰਿਹਾ ਉਹਨੂੰ ਜ਼ਾਹਰ ਕਰਨ ਲਈ ਲੋਕਾਂ ਦੇ ਸਾਹਮਣੇ ਪੇਸ਼ ਕਰਨ ਲਈ ਉਹਨਾਂ ਨੇ ਜਿਹੜੀ ਹੈ ਇਹ ਕਿਸਾਨ ਮਹਾ ਪੰਚਾਇਤ ਕੀ ਹੈ ਜਗਰਾਮਾ ਦੇ ਵਿੱਚ ਔਰ ਮੈਨੂੰ ਇੱਕ ਪੱਤਰਕਾਰ ਦੇ ਤੌਰ ਤੇ ਜਿਹੜਾ ਮੈਨੂੰ ਲੱਗਦਾ ਕਿ ਵੱਡੀ ਗਿਣਤੀ ਚ ਇਹਦੇ ਚ ਕਿਸਾਨ ਸ਼ਿਰਕਤ ਹੋਣਗੇ ਇਹ ਸ਼ਿਰਕਤ ਕਰਨਗੇ ਤੇ ਇਹਦੇ ਨਾਲ ਪੰਜਾਬ ਚ ਵੀ ਕਿਸਾਨ ਅੰਦੋਲਨ ਇੱਕ ਵਾਰ ਮੋੜ ਸ਼ਕਤੀਸ਼ਾਲੀ ਹੋ ਕੇ ਉबरेਗਾ ਜੀ ਬਿਲਕੁਲ ਮਾਨਕ ਸਾਹਿਬ ਯੂਪੀ ਹਰਿਆਣਾ ਦੀ ਤਰਜ਼ ਦੇ ਉੱਪਰ ਜੋ ਪੰਜਾਬ ਦੇ ਕਿਸਾਨ ਆਗੂਆਂ ਦੇ ਵੱਲੋਂ ਵੀ ਇਹ ਮਹਾਪੰਚਾਇਤ ਬੁਲਾਈ ਗਈ ਹੈ ਜਗਰਾਉਂ ਦਾਣਾ ਮੰਡੀ ਦੇ ਵਿੱਚ ਹੋ ਰਹੀ ਹੈ ਪਰ ਇਸ ਨੂੰ ਲੈ ਕੇ ਜੇਕਰ ਅਸੀਂ ਸਰਕਾਰ ਦੇ ਵੱਲ ਦੇਖੀਏ ਤਾਂ ਕਿਉਂਕਿ ਸਰਕਾਰ ਲਗਾਤਾਰ ਇਸ ਅੰਦੋਲਨ ਤੋਂ ਡਰੀ ਹੋਈ ਘਬराई ਹੋਈ ਹੈ ਇਸ ਦੇ ਬਾਰੇ ਸਭ ਨੂੰ ਪਤਾ ਹੈ ਬਸ ਉਨਾ ਦੇ ਵੱਲ ਇੱਕ ਪ੍ਰਗਟਾਵਾ ਨਹੀਂ ਕੀਤਾ ਜਾ ਰਿਹਾ ਉਥੇ ਹੀ ਜੇਕਰ ਪ੍ਰਸ਼ਾਸਨਿਕ ਪ੍ਰਬੰਧ ਦੇਖੀਏ ਬੇਸ਼ੱਕ ਮਹਾਪੰਚਾਇਤਾਂ ਸਖਤ ਪ੍ਰਬੰਧ ਹੋਣੇ ਵੀ ਚਾਹੀਦੇ ਨੇ ਪਰ ਜਿਹੋ ਜਿਹੇ ਫੋਰਸ ਦਾ ਨਾਅਤ ਕੀਤੀ ਗਈ ਹੈ ਜੈਮਰ ਤੱਕ ਉਸ ਇਲਾਕੇ ਦੇ ਵਿੱਚ ਲਗਾ ਦਿੱਤੇ ਗਏ ਨੇ ਕਿਉਂਕਿ ਲਗਾਤਾਰ ਕਿਸਾਨਾਂ ਦਾ ਦੋਸ਼ ਰਿਹਾ ਹੈ ਕਿ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਉਹ ਮੀਡੀਆ ਨੂੰ ਤੰਗ ਪਰੇਸ਼ਾਨ ਕਰਕੇ ਹੋਵੇ ਜਾਂ ਫਿਰ ਕਿਸਾਨਾਂ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਸੋਸ਼ਲ ਮੀਡੀਆ ਅਕਾਊਂਟਸ ਨੂੰ ਬੰਦ ਕੀਤਾ ਜਾਵੇ ਜਿਵੇਂ ਕਿ ਟਵਿੱਟਰ ਦੇ ਅਕਾਊਂਟਸ ਬੰਦ ਕੀਤੇ ਜਾ ਰਹੇ ਨੇ ਇਸ ਸਭ ਨੂੰ ਕਿੰਜ ਦੇਖਦੇ ਹੋ ਬਗਨਜੀਤ ਜੀ ਜਿਹੜੀ ਖਬਰ ਆ ਰਹੀ ਜਗਰਾਵਾਂ ਤੋਂ ਜਗਰਾਵਾਂ ਤੋਂ ਉਹਦੇ ਚ ਸਰਕਾਰ ਨੇ ਜਿਹੜਾ ਉੱਥੇ ਜੈਮਰ ਵਗੈਰਾ ਲਾਤੇ ਆ ਤਾਂ ਕਿ ਜਿਹੜੀ ਇਹ ਸੋਸ਼ਲ ਮੀਡੀਆ ਤੇ ਜਿਹੜੀ ਮਹਾਕਿਸਾਨ ਪੰਚਾਇਤ ਹੋਣੀ ਆ ਉਹਦੀ ਕਵਰੇਜ ਜਿਹੜੀ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੋਂ ਆਖੋਖ ਪੱਤਰ ਤੇ ਨਾਲੋਂ ਨਾਲ ਨਾ ਹੋਸ ਗਏ ਤੇ ਉਹਦੇ ਚ ਜਿਹੜੇ ਕੁਝ ਕਿਸਾਨ ਤਾਂ ਪਹਿਲਾਂ ਹੀ ਇਹ ਦੋਸ਼ ਲਾਉਂਦੇ ਆ ਕਿ ਕੈਪਟਨ ਸਰਕਾਰ ਆ ਜਿਹੜੀ ਕੇਂਦਰ ਦੀ ਸਰਕਾਰ ਨਾਲ ਰਲਈ ਹੋਈ ਆ ਤੇ ਵਿੰਗੇ ਟੇਡੇ ਢੰਗ ਨਾਲ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਉਹ ਯਤਨ ਕਰਦੀ ਰਹਿੰਦੀ ਆ ਇਹਦੇ ਨਾਲ ਇਹ ਦੋਸ਼ ਹੋਰ ਜ਼ਿਆਦਾ ਸ਼ਿੱਦਤ ਨਾਲ ਕੈਪਟਨ ਸਰਕਾਰ ਤੇ ਲੱਗੇਗਾ ਜਿਹੜਾ ਜਾਗਰਾਵਾਂ ਦੇ ਵਿੱਚ ਜਿਹੜਾ ਦੂਸਰਾ ਜੈਮਰ ਲਾਏ ਗਏ ਆ ਤਾਂ ਕਿ ਸੋਸ਼ਲ ਪਲੇਟਫਾਰਮਾਂ ਤੇ ਇਹ ਜਿਹੜੀ ਜਿਹੜੀ ਮਹਾਪੰਚਾਇਤ ਹੈ ਉਹਦੀ ਜਿਹੜੀ ਕਵਰੇਜ ਨਾ ਹੋ ਸਕੇ ਤੋਂ ਜਿਹੜੀ ਠੀਕ ਹੈ ਉੱਥੇ ਸੁਰੱਖਿਆ ਦੇ ਕਦਮ ਚੁੱਕਣੇ ਚਾਹੀਦੇ ਆ ਲੋੜਿੰਦੀ ਫੋਰਸ ਵੀ ਲਾਣੀ ਚਾਹੀਦੀ ਹੈ ਤਾਂ ਕਿ ਕੋਈ ਮਾੜੀ ਘਟਨਾ ਉੱਤੇ ਨਾ ਵਾਪਰੇ ਪਰ ਜਿਹੜਾ ਜਿਹੜਾ ਜੋ ਜਿਸ ਤਰ੍ਹਾਂ ਕੇਂਦਰ ਸਰਕਾਰ ਦਮਨਕਾਰੀ ਕਦਮ ਵਰਤਦੀ ਹੈ ਕਿ ਜੇ ਤੇ ਦਿੱਲੀ ਦੇ ਜਿਹੜੇ ਕਿਸਾਨ ਧਰਨੇ ਆ ਉਹਨਾਂ ਦੇ ਆਲੇ ਦੁਆਲੇ ਕਿੰਨੇ ਹੀ ਦਿਨਾਂ ਤੱਕ ਇੰਟਰਨੈਟ ਦੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ ਹਰਿਆਣਾ ਦੇ 17 ਜ਼ਿਲ੍ਹਿਆਂ 'ਚ ਇੰਟਰਨੈਟ ਦੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ ਮਾਮਲਾ ਦਿੱਲੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਹੁੰਦਾ ਹੋਇਆ ਜਿਹੜਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਤੇ ਉਹ ਨਾ ਅੰਤਰਰਾਸ਼ਟਰੀ ਪੱਧਰ ਤੇ ਵੀ ਭਾਰਤ ਦੀ ਬੜੀ ਆਲੋਚਨਾ ਹੋ ਰਹੀ ਆ ਕਿ ਤੁਸੀਂ ਅੰਦੋਲਨਕਾਰੀਆਂ ਜਿਹੜੀ ਇੰਟਰਨੈਟ ਐ ਇਸ ਵੇਲੇ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਵਿੱਚ ਸ਼ਾਮਲ ਐ ਤੁਸੀਂ ਕਿਸੇ ਅੰਦੋਲਨ ਨੂੰ ਮੁੱਖ ਰੱਖ ਕੇ ਤੁਸੀਂ ਇੰਟਰਨੈਟ ਬੰਦ ਕਰ ਦਿੰਨੇ ਆ ਉਹਦੇ ਨਾਲ ਸਾਰਾ ਸਮਾਜ ਪ੍ਰਭਾਵਿਤ ਹੁੰਦਾ ਜਿਹੜੇ ਅੱਜ ਕੱਲ੍ਹ ਅਦਾਲਤਾਂ 'ਚ ਆਨਲਾਈਨ ਕੇਸਾਂ ਦੀ ਸੁਣਵਾਈ ਹੁੰਦੀ ਆ ਹਰਿਆਣਾ ਦੇ ਜੇ 17 ਜ਼ਿਲ੍ਹਿਆਂ 'ਚ ਦੂਜਾ ਲੱਗਾ ਹੋਵੇ ਜਿਹੜਾ ਇੰਟਰਨੈਟ ਸਿਸਮਾ ਬੰਦ ਹੋਣ ਤੇ ਵਕੀਲਾਂ ਨੇ ਕਿਹਾ ਜਿਹੜਾ 141 ਵਕੀਲਾਂ ਨੇ ਇਹਦੀ ਆਲੋਚਨਾ ਕੀਤੀ ਹੈ ਤੇ ਸੁਪਰੀਮ ਕੋਰਟ ਚ ਜਾ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦਾ ਕੰਮਕਾਜ ਪ੍ਰਭਾਵਿਤ ਹੋ ਜਾਂਦਾ ਉਹ ਕਿਸਾਂ ਦੀ ਪੈਰਵਾਈ ਨਹੀਂ ਕਰ ਸਕਦੇ ਇਸ ਤੋਂ ਇਲਾਵਾ ਵਿਦਿਆਰਥੀ ਆ ਜਿਹੜੇ ਉਹਨਾਂ ਦੇ ਇਮਤਿਹਾਨ ਹੁੰਦੇ ਆ ਬਹੁਤ ਸਾਰੇ ਸਕੂਲਾਂ ਦੀ ਸਟੱਡੀ ਆਨਲਾਈਨ ਚੱਲਦੀ ਹੈ ਬਸ ਕਈ ਜਿਹੜੇ ਹਾਊਸ ਟੈਸਟ ਆ ਸਕੂਲਾਂ ਦੇ ਆਨਲਾਈਨ ਹੁੰਦੇ ਆ ਇਹ ਸਾਰਾ ਕੰਮ ਵੀ ਠੱਪ ਹੋ ਜਾਂਦਾ ਜਿਹੜੀ ਇਹ ਸਰਕਾਰ ਆਪਣਾ ਬਚਾ ਕਰਨ ਲਈ ਜਾਏ ਯਤਨ ਕਰਦੀ ਆ ਕਿ ਇਹ ਅੰਦੋਲਨ ਦਾ ਪ੍ਰਭਾਵ ਦੂਰ ਤੱਕ ਦਾ ਨਾ ਦੂਰ ਤੱਕ ਨਾ ਫੈਲੇ ਆਪਣੇ ਸਵਾਰਥਾਂ ਲਈ ਸਰਕਾਰ ਆਪਣੀ ਤਾਂ ਨਜ਼ਰੀ ਲਈ ਆਪਣੀ ਅੰਦੋਲ ਲੋਕਾਂ ਦੇ ਜਿਹੜੇ ਘੋਲਿਆ ਉਹਨਾਂ ਦੇ ਵਿਰੁੱਧ ਜਿਹੜੀ ਸਰਕਾਰਾਂ ਦੀ ਮਾਨ ਸਕਤਾ ਆ ਉਹਨੂੰ ਮੁਖ ਰੱਖਦੇ ਆ ਜਿਹੜੀ ਹੈ ਸਰਕਾਰ ਜਿਹੜੀ ਹੈ ਉਹ ਇੰਟਰਨੈਟ ਜਦੋਂ ਚਿਤ ਕਰਦਾ ਬੰਦ ਕਰ ਦਿੰਦੀ ਹੈ ਤੇ ਇਸੇ ਤਰ੍ਹਾਂ ਦੀ ਘਟਨਾ ਇਸੇ ਤਰ੍ਹਾਂ ਦਾ ਜੋ ਵਤੀਰਾ ਜਗਰਾਮਾ ਮਹਾਪੰਚਾਇਤ ਪਰ ਤੇ ਪੰਜਾਬ ਸਰਕਾਰ ਨੇ ਅਪਣਾਇਆ ਜਾਂ ਪੰਜਾਬ ਦੀ ਪੁਲਿਸ ਨੇ ਪਨਾਇਆ ਇਹ ਨਿੰਦਾ ਜਨਕ ਹੈ ਇਹਨੂੰ ਇਹ ਜਿਹੜਾ ਇਹ ਇਹਨੂੰ ਇਹਦੀ ਬਕਾਇਤ ਨਹੀਂ ਇਹਦੀ ਕੀਤੀ ਜਾ ਸਕਦੀ ਜੀ ਬਿਲਕੁਲ ਮਾਨਕ ਸਾਹਿਬ ਇੱਕ ਗੱਲ ਹੋਰ ਕੀ ਲਗਾਤਾਰ ਕਿਸਾਨਾਂ ਦੇ ਵੱਲੋਂ ਦੋਸ਼ ਨੇ ਕਿ ਟਰੈਕਟਰ ਟਰੈਲੀ ਟਕੈਤ ਤੇ ਹੁਣ ਟਵਿੱਟਰ ਤੋਂ ਡਰੀ ਹੋਈ ਸਰਕਾਰ ਲਗਾਤਾਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਰਹਿਾਨਾ ਪੌਪ ਸਟਾਰ ਦੇ ਟਵਿੱਟਰ ਤੋਂ ਬਾਅਦ ਟਵੀਟ ਕੀਤੇ ਜਾਣ ਤੋਂ ਬਾਅਦ ਲਗਾਤਾਰ ਜੋ ਕੁਝ ਹੋਇਆ ਉਹ ਜਗ ਜਾਹਰ ਹੈ। ਹੁਣ ਜੋ ਭਾਰਤ ਸਰਕਾਰ ਤੇ ਟਵਿੱਟਰ ਦੇ ਵਿਚਾਰ ਵੀ ਮਤਭੇਦ ਚੱਲ ਰਹੇ ਨੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਟਵਿੱਟਰ ਨੂੰ ਸਾਡੇ ਹਿਦਾਇਤਾਂ ਮੁਤਾਬਕ ਚੱਲਣਾ ਪਏਗਾ ਪਰ ਟਵਿੱਟਰ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣ ਦੇਗਾ ਕਿਉਂਕਿ ਭਾਰਤ ਸਰਕਾਰ ਲਗਾਤਾਰ ਦਬਾਅ ਅਜਿਹੇ ਬਣਾ ਰਹੀ ਹੈ ਜਿਸ ਦੇ ਵਿੱਚ ਕਿਸਾਨਾਂ ਦੇ ਜਾਂ ਕਿਸਾਨ ਸਮਰਥਕਾਂ ਦੇ ਅਕਾਊਂਟਸ ਨੂੰ ਜੋ ਬੰਦ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਟਵਿੱਟਰ ਦਾ ਕਹਿਣਾ ਹੈ ਕਿ ਉਹ ਬਿਨਾਂ ਵਜ੍ਹਾ ਕਿਸੇ ਵੀ ਅਕਾਊਂਟ ਨੂੰ ਬੰਦ ਨਹੀਂ ਕਰ ਸਕਦੇ ਇਹ ਅਜਿਹੇ ਮੁੱਦਿਆਂ ਦੇ ਚੱਲਦੇ ਟਵਿੱਟਰ ਤੇ ਸਰਕਾਰ ਵਿਚਕਾਰ ਜੋ ਮਤਭੇਦ ਹੈ ਉਸ ਤੇ ਕੀ ਟਿੱਪਣੀ ਕਰੋਗੇ ਪਰਮਜੀਤ ਜੀ ਜਿਹੜਾ ਜੇਕਰ ਪਰ ਦ ਸਰਕਾਰ ਦੀ ਮੰਨੀ ਜਾਵੇ ਤਾਂ ਇੱਥੇ ਦੂਜਾ ਆਜ਼ਾਦ ਪ੍ਰੈਸ ਕੰਮ ਹੀ ਨਹੀਂ ਕਰ ਸਕਦੀ ਜਿਹੜੇ ਚਾਹੇ ਟਵਿੱਟਰ ਹੈ ਚਾਹੇ ਫੇਸਬੁੱਕ ਹੈ ਚਾਹੇ YouTube ਹੈ ਉਹਨੂੰ ਸਰਕਾਰ ਵੱਲੋਂ ਉਦੇਸ਼ ਦਿੱਤੇ ਜਾ ਰਹੇ ਆ ਆਪਣੇ ਕਿ ਆ ਚੀਜ਼ ਜਿਹੜੀ ਆ ਫਲਾਣੇ ਦਾ ਗਾਣਾ ਹਟਾ ਦਿਓ ਫਲਾਣੇ ਦਾ ਟਵੀਟ ਹਟਾ ਦਿਓ ਫਲਾਣੇ ਦੀ ਪੋਸਟ ਹਟਾ ਦਿਓ ਜਿਹੜੇ ਜੇ ਤਾਂ ਸਰਕਾਰ ਦੇ ਕੋਲ ਠੋਸ ਸਬੂਤ ਆ ਉਹਦੇ ਵਿੱਚ ਵੱਖ-ਵੱਖ ਭਾਈਚਾਰਿਆਂ ਵਿੱਚ ਨਫ਼ਰਤ ਫੈਲਣ ਦੀਆਂ ਸੁਭਾਵਨਾ ਹੈਗੀਆਂ ਕਿਸੇ ਪੋਸਟ ਨਾਲ ਜਾਂ ਕਿਸੇ ਟਵੀਟ ਨਾਲ ਜਾਂ ਕਿਸੇ ਹੋਰ ਜੋ YouTube ਤੇ ਪਾਇਏ ਕਿਸੇ ਗੀਤ ਨਾਲ ਜੇ ਤਾਂ ਇਦਾਂ ਦੇ ਠੋਸ ਸਬੂਤ ਹੈ ਫੇਰ ਤਾਂ ਉਹ ਲੈ ਕੇ ਠੋਸ ਸਬੂਤ ਰੱਖ ਕੇ ਸਰਕਾਰ ਸੋਸ਼ਲ ਪਲੇਟਫਾਰਮ ਹੈਗੇ ਚਾਹੇ Facebook ਕਹਿਆ ਜਾਵੇ Twitter ਹੈ ਜਾਂ YouTube ਹੈ ਜਾਂ ਹੋਰ ਜਿਹੜੇ ਤੁਹਾਡੇ ਸੋਸ਼ਲ ਪਲੇਟਫਾਰਮ ਆ ਉਹਨਾਂ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਸਾਹਮਣੇ ਆਪਣਾ ਗੱਲ ਰੱਖੇ ਥੋ ਫੇ ਉਹਦੀ ਤਾਂ ਕੋਈ ਗੱਲ ਬਣਦੀ ਹੈ ਕਿ ਇਹ ਚੀਜ਼ ਜਾਂ ਤੱਥਾਂ ਦੇ ਉਧਾਰਤ ਨਹੀਂ ਹੈਗੀ ਗਲਤ ਤੱਥ ਪੇਸ਼ ਕੀਤੇ ਗਏ ਆ ਜਾਂ ਇਹਦੇ ਨਾਲ ਕੋਈ ਦੇਸ਼ ਦੇ ਅੰਦਰ ਫਿਰਕੂ ਤਣਾਅ ਪੈਦਾ ਹੋਣ ਦੀ ਗੱਲ ਹੈ ਫੇਰ ਤਾਂ ਉਹਦੀ ਕੋਈ ਗੱਲ کہہ ਸਕਦੇ ਆਂ ਵੀ ਇਹ ਮناسب ਹੈ ਕਿ ਜਿਹੜਾ ਉਹ ਚੀਜ਼ਾਂ ਹਟਾਈਆਂ ਜਾਣ ਸੋਸ਼ਲ ਪਲੇਟਫਾਰਮਾਂ ਤੋਂ ਪਰ ਜੇ ਸਰਕਾਰ ਚਾਵੇ ਕਿ ਜਿਹੜਾ ਹਰ ਅੰਦੋਲਨ ਨੂੰ ਦਬਾਉਣ ਲਈ ਹਰ ਅੰਦੋਲਨ ਸੰਬੰਧੀ ਜਾਣਕਾਰੀ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਜਿਹੜੇ ਸੋਸ਼ਲ ਪਲੇਟਫਾਰਮ ਆ ਜਿਹੜੇ ਉਹ ਜਿਹੜਾ ਸਰਕਾਰ ਦਾ ਸਾਧਨ ਤੇ ਫੇਰ ਇਹ ਜਿਹੜੇ ਸੋਸ਼ਲ ਪਲੇਟਫਾਰਮ ਆ ਇਹਨਾਂ ਲਈ ਕੰਮ ਕਰਨਾ ਮੁਸ਼ਕਲ ਹੋ ਜਾਏਗਾ ਔਰ ਇਹਨਾਂ ਦੀ ਪ੍ਰੋਸੇ ਯੋਗਤਾ ਵੀ ਘਟ ਜਾਏਗੀ ਤੇ ਜੇ ਸਰਕਾਰ ਇਹ ਸੋਚਦੀ ਹੈ ਕਿ ਇਸ ਤਰ੍ਹਾਂ ਅੰਦੋਲਨਾਂ ਨੂੰ ਦਬਾਇਆ ਜਾ ਸਕਦਾ ਤਾਂ ਉਹ ਕਿਸੇ ਬਹੁਤ ਗਲਤਫਹਿਮੀ ਚ ਹੈ ਜਿਨ੍ਹਾਂ ਲੋਕਾਂ ਨੇ ਸੰਘਰਸ਼ ਕਰਨੇ ਆ ਆਪਣੇ ਹੱਕਾਂ ਹੇ ਤਾਂ ਲਈ ਲੜਾਈਆਂ ਲੜਨੀਆਂ ਉਹ ਜੇ ਇੱਕ ਰਸਤਾ ਬੰਦ ਹੁੰਦਾ ਤਾਂ ਦੂਜਾ ਰਸਤਾ ਖੋਲ ਲੈਂਦੇ ਆ ਤੇ ਇਹਦਾ ਜਦੋਂ ਇਹ ਇੰਟਰਨੈਟ ਨਹੀਂ ਸੀਗਾ ਜਦੋਂ ਇਹ ਸੋਸ਼ਲ ਪਲੇਟਫਾਰਮ ਨਹੀਂ ਸੀਗੇ ਉਦੋਂ ਵੀ ਸੰਘਰਸ਼ ਹੁੰਦੇ ਸੀਗੇ ਉਦੋਂ ਵੀ ਸੰਘਰਸ਼ ਲੋਕ ਜਿੱਤਦੇ ਸੀ ਉਦੋਂ ਵੀ ਸੰਘਰਸ਼ਾਂ ਕਰਕੇ ਸਰਕਾਰਾਂ ਬਦਲ ਜਾਂਦੀਆਂ ਸੀਆਂ ਤੇ ਇਸ ਕਰਕੇ ਜੇ ਇਹ ਸਮਝੋ ਜੇ ਕੇਂਦਰ ਸਰਕਾਰ ਜਿਹੜੀ ਅੱਜ ਦੀ ਹੈ ਪਈ ਉਹਦੇ ਹੱਥ ਕੋਈ ਇਦਾਂ ਦਾ ਤੋਤਾ ਆ ਗਿਆ ਤੇ ਉਹਦੀ ਬੋਲੀ ਬੋਲੇਗਾ ਤੇ ਇਸ ਤਰ੍ਹਾਂ ਦੀ ਕੋਈ ਸਭਾਵਨਾ ਬਣਦੀ ਨਜ਼ਰ ਨਹੀਂ ਆਂਦੀ ਜਿਹੜੇ ਲੋਕ ਹਰ ਚੀਜ਼ ਦਾ ਜਿਹੜਾ ਬਦਲ ਲੱਭ ਲੈਂਦੇ ਜੀ ਬਿਲਕੁਲ ਮਾਨਕ ਸਿੰਘ ਜੋ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਜੋ ਬੀਤਰੀਨੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਮੀਟਿੰਗ ਕੀਤੀ ਗਈ ਸੀ ਉਸ ਦੇ ਵਿੱਚ ਅਗਲੀ ਰਣਨੀਤੀ ਦੱਸੀ ਗਈ ਸੀ ਕਿ 18 ਫਰਵਰੀ ਤੋਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲ ਰੋਕੋ ਅੰਦੋਲਨ ਚਲਾਇਆ ਜਾਏਗਾ ਕੱਲ ਤੋਂ ਰਾਜਸਥਾਨ ਦੇ ਟੋਲ ਪਲਾਜ਼ਾ ਮੁਫਤ ਹੋ ਜਾਣਗੇ ਅਗਲੀ ਨੀਤੀ ਉਲੀਕੀ ਗਈ ਹੈ ਅੱਜ ਮਹਾ ਪੰਚਾਇਤ ਇਸ ਸਾਰੇ ਦੇ ਨਾਲ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸਾਹਮਣੇ ਆਇਆ ਸੀ ਉਸ ਤੋਂ ਬੀਤੇ ਦਿਨ ਵੀ ਉਹਨਾਂ ਦੇ ਵੱਲੋਂ 75 ਮਿੰਟ ਤੱਕ ਭਾਸ਼ਣ ਕੀਤਾ ਗਿਆ ਸੀ ਕੱਲ 90 ਮਿੰਟ ਤੱਕ ਦਾ ਭਾਸ਼ਣ ਸੀ ਕੋਈ ਵੀ ਸੰਕੇਤ ਅਜੇ ਹਾਨੀ ਹੈ ਕਿ ਸਰਕਾਰ ਕਾਨੂੰਨ ਰੱਦ ਕਰਨ ਦੇ ਮੂਡ ਦੇ ਵਿੱਚ ਹੋਵੇ ਤੇ ਲਗਾਤਾਰ ਦਬਾਅ ਬਣਾਉਣ ਦੇ ਲਈ ਕਿਸਾਨ ਆਗੂਆਂ ਦੇ ਵੱਲੋਂ ਰਣਨੀਤੀਆਂ ਵੀ ਲਿਖੀਆਂ ਜਾ ਰਹੀਆਂ ਨੇ ਕਿੱਥੇ ਖੜਾ ਹੈ ਅੰਦੋਲਨ પરમજીતજી ਆਉਣ ਵਾਲੇ ਸਮੇਂ 'ਚ ਜਿਹੜਾ ਕਿਸਾਨ ਅੰਦੋਲਨ ਆ کافی ਤੇਜ਼ ਹੋਏਗਾ ਔਰ ਪ੍ਰਧਾਨ ਮੰਤਰੀ ਨੇ ਜਿਹੜਾ ਲੋਕ ਸਭਾ ਦੇ ਅੰਦਰ ਰਾਸ਼ਟਰਪਤੀ ਦੇ ਪਾਸੇ ਤੇ ਧੰਵਾਦੀ ਮਤੇ ਇਹ ਪਰ ਚਰਚਾ ਕਰਦੇ ਆ ਜਿਹੜਾ ਜਵਾਬ ਦੇਣ ਦਾ ਪ੍ਰਧਾਨ ਮੰਤਰੀ ਦਾ ਅਧਿਕਾਰ ਹੁੰਦਾ ਉਹਦੀ ਵਰਤੋਂ ਕਰਦੇ ਆ ਉਹਨਾਂ ਨੇ ਲੰਮਾ ਚੌੜਾ ਪਾਸ਼ਣ ਦਿੱਤਾ ਜਿਹਦਾ ਤੁਸੀਂ ਜ਼ਿਕਰ ਕੀਤਾ ਉਹਦੇ ਵਿੱਚ ਕਿਤੇ ਵੀ ਕੋਈ ਸੰਕੇਤ ਨਹੀਂ ਮਿਲਦਾ ਕਿ ਜਿਹੜੀ ਮੋਦੀ ਸਰਕਾਰ ਆ ਇਹ ਜਿਹੜੇ ਤਿੰਨੋਂ ਨੇ ਖੇਤੀ ਕਾਨੂੰਨ ਬਣਾਏ ਇਹਨਾਂ ਨੂੰ ਵਾਪਸ ਲੈਣ ਲਈ ਤਿਆਰ ਹੈਗੀ ਆ ਮਾੜੀ ਮੋਟੀ ਸੋਧਾਂ ਦੀ ਗੱਲ ਤਾਂ ਦੁਹਰਾਈ ਆ ਪਰ ਜਦੋਂ ਕਿ ਕਿਸਾਨ ਜਿਹੜੇ ਆ ਅੰਦੋਲਨ ਦੇ ਆਗੂ ਜਿਹੜੇ ਲਗਾਤਾਰ ਮੰਗ ਕਰ ਰਹੇ ਆ ਕਿ ਕਾਨੂੰਨ ਵਾਪਸ ਲਏ ਜਾਣ ਔਰ ਇਸ ਮਰਤਨ ਮੋਲ ਸਬੰਧੀ ਜਿਹੜਾ ਉਹ ਇੱਕ ਕਾਨੂੰਨ ਬਣਾਇਆ ਜਾਵੇ ਸਾਰੇ ਦੇਸ਼ 'ਚ ਉਹਨੂੰ ਲਾਗੂ ਕੀਤਾ ਜਾਵੇ ਤੇ ਉਹਦੇ 'ਚੋਂ ਲੱਗਦਾ ਇਹ ਆ ਕਿ ਸਰਕਾਰ ਤੇ ਜਿਹੜੇ ਅੰਦੋਲਨਕਾਰੀ ਕਿਸਾਨ ਆਗੂ ਆ ਉਹਨਾਂ ਦੇ ਵਿੱਚ ਜਿਹੜਾ ਅੜਿੱਕਾ ਜਾਂ ਜਮੂਦ ਪਹਿਲਾਂ ਦੀ ਤਰ੍ਹਾਂ ਬਣਿਆ ਹੋਇਆ ਤੇ ਇਹਦੇ 'ਚ ਕੋਈ ਸਮਝਾਤਾ ਛੇਤੀ ਹੋਣ ਦੀ ਸੰਭਾਵਨਾ ਨਹੀਂ ਹੈਗੀ ਸਰਕਾਰ ਆਪਣੇ ਸਾਰੇ ਦਾਪੇਚ ਵਰਤੇਗੀ ਇਸ ਅੰਦੋਲਨ ਨੂੰ ਲਮਕਾਣ ਤੇ ਕਮਜ਼ੋਰ ਕਰਨ ਲਈ ਜਿਸ ਤਰ੍ਹਾਂ ਪਹਿਲਾਂ ਵਰਤਦੀ ਰਹੀ ਹੈ ਤੇ ਆਪਣਾ ਜਿਹੜਾ ਆਪਣਾ ਪ੍ਰਚਾਰ ਕਰੇਗੀ ਸਿੱਧਾ ਇਹ ਕਾਨੂੰਨ ਜਿਹੜਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਲਿਆਂਦੇ ਆ ਤੇ ਕਿਸਾਨ ਇਹਨੂੰ ਕਹਿੰਦੇ ਰਹਿਣਗੇ ਕਿ ਸਾਡੀ ਆਮਦਨ ਜਿਹੜੀ ਪਹਿਲੀ ਵੀ ਆ ਉਹਨੂੰ ਖਤਮ ਕਰਨ ਲਈ ਲਿਆਂਦੇ ਆ ਤੇ ਖੇਤੀ ਵਪਾਰ ਤੇ ਖੇਤੀਬਾੜੀ ਤੁਸੀਂ ਕਾਰਪੋਰੇਟਰਾਂ ਦਾ ਦਾਖਲਾ ਖੋਲਣ ਲਈ ਲਿਆਂਦੇ ਆ ਇਹ ਜਿਹੜਾ ਗਤੀਰੋਧ ਜਿਹੜਾ ਹੋਣ ਵਾਲੇ ਸਮੇਂ ਚ ਬਣਿਆ ਰਹੇਗਾ ਸਰਕਾਰ ਆਪਣੇ ਢੰਗ ਤਰੀਕੇ ਵਰਤਦੀ ਰਹੇਗੀ ਆਪਣੇ ਹਰਬੇ ਵਰਤਦੀ ਰਹੇਗੀ ਤੇ ਕਿਸਾਨ ਜਿਹੜੇ ਆ ਅੰਦੋਲਨ ਨੂੰ ਸਾਰੇ ਦੇਚ ਫਲਾਣਗੇ ਤੇ ਵਕ ਵਕ ਢੰਗਾ ਨਾਲ ਜਿਹੜਾ ਅੰਦੋਲਨ ਨੂੰ ਮਜ਼ਬੂਤ ਕਰਨਗੇ ਜਿਹੜਾ ਸਰਕਾਰ ਦੇ ਰਵਈਏ ਨੂੰ ਮੁੱਖ ਰੱਖ ਕੇ ਹੀ ਕਿਸਾਨਾਂ ਨੇ ਜਿਹੜਾ ਪਿਛਲੇ ਦਿਨੀ ਅਗਲਾ ਸੰਘਰਸ਼ ਦੇ ਅਗਲੇ ਪ੍ਰੋਗਰਾਮ ਦਿੱਤੇ ਆ ਜਿਹਦੇ ਵਿੱਚ 14 ਫਰਵਰੀ ਤੋਂ ਰਾਜਸਥਾਨ ਚ ਟੋਲ ਪਲਾਜ਼ਾ ਉਹਨਾਂ ਨੇ 14 ਫਰਵਰੀ ਨੂੰ ਫ੍ਰੀ ਕਰਨੇ ਆ ਇਸ ਤੋਂ ਇਲਾਵਾ 18 ਫਰਵਰੀ ਨੂੰ 3 ਘੰਟਿਆਂ ਲਈ ਰੇਲ ਜਿਹੜਾ ਆਵਾਜਾਈ ਹੈ ਸਾਰੇ ਦੇਸ਼ ਚ ਉਹਨਾਂ ਨੇ ਠੱਪ ਰੱਖਣੀ ਆ ਤੇ ਇਸ ਤਰ੍ਹਾਂ ਦੇ ਜਿਹੜੇ ਬਾਕੀ ਜਿਹੜਾ ਦੂਸਰਾ ਜਿਹੜਾ ਪਲਵਾਮਾ ਚ ਜਿਹੜੇ ਆਤਵਾਦੀਆਂ ਹੱਥੋਂ ਜਿਹੜੇ ਨੌਜਵਾਨ ਮਰ ਜਿਹੜੇ ਸੀਆਰਪੀ ਦੇ ਨੌਜਵਾਨ ਮਾਰੇ ਗਏ ਸੀ ਉਹਨਾਂ ਦੀ ਯਾਦ ਵਿੱਚ ਮੋਮਬਤੀ ਮਾਰਚ ਕਰਨ ਦਾ ਵੀ ਫੈਸਲਾ ਕੀਤਾ ਜਿਹੜਾ ਕਿਸਾਨ ਜਿਹੜਾ ਦਿੱਲੀ ਦਾ ਜਿਹੜਾ ਦਿੱਲੀ ਦੇ ਬਾਰੇ ਵਿੱਚ ਕੇਂਦਰ ਸਰਕਾਰ ਨੇ ਪ੍ਰਚਾਰ ਕੀਤਾ ਸੀ ਕਿ ਉੱਥੇ ਲਾਲ ਆਪਣੇ ਤਿਰੰਗੇ ਦਾ અપਮਾਨ ਕਰਤਾ ਜਿਹੜੇ ਕਿਸਾਨਾਂ ਦੇ ਨਾਂ ਤੇ ਉੱਥੇ ਪਹੁੰਚੇ ਲੋਕਾਂ ਨੇ ਉਹ ਇਸ ਤਰ੍ਹਾਂ ਦਾ ਪ੍ਰਚਾਰ ਗੋਦੀ ਮੀਡੀਆ ਨੇ ਕੀਤਾ ਸੀ ਇਹ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਨੇ ਕੀਤਾ ਸੀਗਾ ਉਹ ਨੂੰ ਜਿਹੜਾ ਉਸ ਪ੍ਰਚਾਰ ਨੂੰ ਖੁੰਡਾ ਕਰਨ ਲਈ ਵੀ ਜਿਹੜਾ ਇੱਕ ਕਿਸਾਨ ਅੰਦੋਲਨਕਾਰੀ ਹੈ ਉਹਨਾਂ ਨੇ ਫੈਸਲਾ ਕੀਤਾ ਕਿ ਆਪਣੇ ਜਿਹੜੇ ਐਕਸ਼ਨ ਹੈ ਆਪਣੇ ਜਿਹੜੇ ਪ੍ਰੋਗਰਾਮ ਹੈ ਉਹਨਾਂ ਚ ਵੱਡੀ ਪੱਦਰ ਤੇ ਤਿਰੰਗੇ ਝੰਡੇ ਜਿਹੜੇ ਚੁਲਾਏ ਜਾਣਗੇ ਜੀ ਬਿਲਕੁਲ ਮਾਨਕ ਸਾਬ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ 'ਤੇ ਦੋ ਦਿਨ ਲਗਾਤਾਰ ਉਹਨਾਂ ਦੇ ਵੱਲੋਂ ਕੀਤਾ ਗਿਆ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਅਜਿਹੇ ਸ਼ਬਦ ਵਰਤੇ ਗਏ ਸਿੱਧੇ ਸਿੱਧੇ ਢਾਂਗ ਦੇ ਨਾਲ ਅੰਦੋਲਨਕਾਰੀਆਂ ਦੇ ਲਈ ਕਿਸਾਨ ਆਗੂਆਂ ਦੇ ਲਈ ਅੰਦੋਲਨ ਜੀ ਵੀ ਕਿਹਾ ਜਾ ਰਿਹਾ ਪਰ ਜੀ ਵੀ ਕਿਹਾ ਜਾ ਰਿਹਾ ਅਜਿਹੇ ਕਈ ਸ਼ਬਦਾਂ ਤੇ ਜਿਨ੍ਹਾਂ ਤੇ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਇਤਰਾਜ਼ ਹੈ ਕੱਲ ਫਿਰ ਤੋਂ ਹੀ ਪਰਸੋਂ ਦੇ ਵਚਨ ਦੇ ਵਿੱਚ ਇਹ ਸ਼ਬਦ ਵਰਤੇ ਗਏ ਕਿਸਾਨ ਆਗੂਆਂ ਦੇ ਵੱਲ ਤਰਾਜਿਤਾਇਆ ਗਿਆ ਕੱਲ ਫਿਰ ਤੋਂ ਉਹਨਾਂ ਸ਼ਬਦਾਂ ਦਾ ਦੁਹਰਾ ਕੀਤਾ ਗਿਆ ਤੇ ਉਸ ਦੇ ਉੱਪਰ ਖੂਬ ਜੋ ਮਜ਼ਾਕ ਵੀ ਬਣਾਇਆ ਗਿਆ ਸਬਦੇ ਸਾਹਮਣੇ ਸੀ ਲਗਾਤਾਰ ਪ੍ਰਧਾਨ ਮੰਤਰੀ ਦੇ ਵੱਲੋਂ ਕਿਤੇ ਨਾ ਕਿਤੇ ਕਿਸਾਨ ਆਗੂਆਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਪਿੱਛੇ हट ਜਾਣ ਕਿਸਾਨ ਆਗੂਆਂ ਦੇ ਨਾਲੋਂ ਕਿਸਾਨ ਟੁੱਟਨੇ ਸ਼ੁਰੂ ਹੋ ਜਾਣ ਕਿੰਜ ਦੇਖਦੇ ਹਾਂ ਦੇਖੋ ਪਰਮਜੀਤ ਜੀ ਜਿਹੜਾ ਕੋਈ ਵੀ ਅੰਦੋਲਨ ਚੱਲਦਾ ਹੁੰਦਾ ਹੈ ਨਾ ਉਹਦੇ ਪਿੱਛੇ ਜਿਹੜੇ ਆਮ ਲੋਕ ਹੁੰਦੇ ਆ ਜਿਨ੍ਹਾਂ ਦੇ ਹਿੱਤ ਪ੍ਰਭਾਵਿਤ ਹੁੰਦੇ ਆ ਉਹ ਲੋਕ ਹੁੰਦੇ ਆ ਇਸ ਤੋਂ ਇਲਾਵਾ ਜਿਹੜੀ ਅੰਦੋਲਨ ਦੀ ਲੀਡਰਸ਼ਿਪ ਹੁੰਦੀ ਹੈ ਜਿਹੜੀ ਉਹਨਾਂ ਲੋਕਾਂ ਚ ਹੁੰਦੀ ਹੈ ਇਹ ਤੋਂ ਵੀ ਅੱਗੇ ਜਿਹੜੇ ਆ ਇਹ ਜਿਹੜੇ ਬੁੱਧੀਜੀਵੀ ਹੁੰਦੇ ਆ ਸਮਾਜ ਦੇ ਉਹ ਜਿਹੜੇ ਅੰਦੋਲਨ ਨੂੰ ਸਮਰਥਨ ਦਿੰਦੇ ਆ ਉਹ ਅੰਦੋਲਨ ਦੀ ਪਿੱਛੇ ਰਹਿ ਕੇ ਅਗਵਾਈ ਕਰਦੇ ਆ ਹਰ ਅੰਦੋਲਨ ਦਾ ਇੱਕ ਖਾਸਾ ਹਰ ਅੰਦੋਲਨ ਚ ਹੁੰਦਾ ਇਹ اسی ਤਰ੍ਹਾਂ ਇਹ ਜਿਹੜੀ ਸਰਕਾਰ ਆ ਨਰਿੰਦਰ ਮੋਦੀ ਦੀ ਸਰਕਾਰ ਆ ਇਹ ਜਿਹੜੇ ਬੁੱਧੀਜੀਵੀ ਆ ਜਿਹੜੇ ਇਹ ਜਿਹੜੇ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੂੰ ਸਮਝਦੇ ਆ ਲੋਕ ਵਿਰੋਧੀ ਨੀਤੀਆਂ ਨੂੰ ਸਮਝਦੇ ਆ ਇਹ ਜਿਹੜੇ ਬੁੱਧੀਜੀਵੀ ਆ ਲਗਾਤਾਰ ਲਿਖ ਰਹੇ ਆ ਅਖਬਾਰਾਂ ਚ ਤੇ ਹੋਰ ਢੰਗ ਤਰੀਕਿਆਂ ਨਾਲ ਕਿ ਇਹ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਆ ਇਹ ਕਾਰਪੋਰੇਟਰਾਂ ਦਾ ਤੇ ਇਹ ਜਿਹੜਾ ਭਾਜਪਾ ਤੇ ਆਰਐਸਐਸ ਦੇ ਜਿਹੜੇ ਲੋਕ ਆ ਇਹਨਾਂ ਦਾ ਇੱਕ ਗੱਠ ਜੋੜਿਆ ਇਹ ਦੋਨੇ ਇੱਕ ਦੂਜੇ ਨੂੰ ਫਾਇਦਾ ਪਚਾਉਂਦੇ ਆ ਜਿੱਦ ਕਾਰਪੋਰੇਟਰਾਂ ਤੋਂ ਪੈਸੇ ਲੈ ਕੇ ਜਿਹੜੀ ਆ ਭਾਰਤੀ ਜਨਤਾ ਪਾਰਟੀ ਹਰ ਜ਼ਿਲ੍ਹੇ ਚ ਆਪਣੇ 5 ਸਟਾਰ ਦਫ਼ਤਰ ਬਣਾ ਰਹੀ ਆ ਤੇ ਆਰਐਸਐਸ ਨੂੰ ਦੀਆਂ ਐਨਜੀਓ ਅਜ ਵੱਡੀ ਪੱਧਰ ਤੇ ਕਾਰਪੋਰੇਟਸ ਨੂੰ ਤੋਂ ਉਹਨਾਂ ਨੂੰ ਪੈਸਾ ਮਿਲ ਰਿਹਾ ਇਹ ਸੋ ਇਹ ਆਪਣੇ ਜਿਹੜੇ ਕਾਰਪੋਰੇਟਰਾਂ ਤੋਂ ਪੈਸਾ ਲੈਂਦੇ ਆ ਉਹਦੇ ਬਦਲੇ ਚ ਆਰਥਿਕਤਾ ਦੇ ਜਿਹੜੇ ਸਾਰੇ ਸਾਧਨ ਆ ਦੇਸ਼ ਦੇ ਸਾਰੇ ਜਿਹੜੇ ਕੁਦਰਤੀ ਵਸੀਲੇ ਆ ਉਹ ਜਿਹੜੇ ਆ ਕਾਰਪੋਰੇਟਰਾਂ ਦੇ ਹੱਥ ਚ ਇਹ ਕੋਡੀਆਂ ਦੇ ਭਾਅ ਵੇਚ ਰਿਆ ਆ ਇਹ ਜਿਹੜਾ ਸਵਾਰਥੀ ਗੱਠ ਜੋੜਿਆ ਇੱਕ ਪਾਸੇ ਇਹਦੇ ਚ ਕਾਰਪੋਰੇਟਰ ਹੈ ਦੂਜੇ ਪਾਸੇ ਆਰ ਆਰ ਐਸ ਐਸ ਤੇ ਭਾਜਪਾ ਦੇ ਲੋਕ ਆ ਤੇ ਇਹ ਗੱਠ ਜੋੜ ਨੂੰ ਚੁਣੌਤੀ ਜਿਹੜੀ ਦਿੱਤੀ ਜਾ ਰਹੀ ਹੈ ਦੇਸ਼ ਦੇ ਬੁੱਧੀਜੀਵੀਆਂ ਵੱਲੋਂ ਦਿੱਤੀ ਜਾ ਰਹੀ ਹੈ ਜਿਹੜੇ ਕਿ ਭਾਜਪਾ ਤੇ ਆਰ ਐਸ ਐਸ ਦੀ ਅਡਿਆਲੋਜੀ ਨਾਲ ਸਹਿਮਤ ਨਹੀਂ ਹੈਗੇ ਉਹ ਲੋਕ ਜਿਹੜੇ ਆ ਕਿਸਾਨ ਅੰਦੋਲਨ ਨੂੰ ਵੀ ਸਮਰਥਨ ਦੇ ਰਹੇ ਆ ਤੇ ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਹਨਾਂ ਦੀ ਨੀਂਦ ਹਰਾਮ ਹੋ ਰਹੀ ਹੈ ਕਿ ਇਹ ਜਿਹੜੇ ਲੋਕ ਆ ਕਿਸਾਨ ਅੰਦੋਲਨ ਦਾ ਸਮਰਥਨ ਕਿਉਂ ਕਰਦੇ ਆ ਤੇ ਜਿਹੜੇ ਉਹਨਾਂ ਦੀ ਬੇਇੱਜ਼ਤੀ ਕਰਨ ਲਈ ਉਹਨਾਂ ਨੂੰ ਨਿਰਤ ਸ਼ਰਤ ਕਰਨ ਲਈ ਲੋਕਾਂ ਦੀਆਂ ਨਜ਼ਰਾਂ 'ਚ ਉਹਨਾਂ ਦਾ ਵਕਾਰ ਡੇਗਣ ਲਈ ਇੱਕ ਸ਼ਬਦਾਬ ਲਈ ਇੱਕ ਸ਼ਬਦ ਜਿਹੜਾ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਣਾ ਨੇ ਕੜਿਆ ਜਿਹੜਾ ਉਹਨਾਂ ਨੇ ਅੰਦੋਲਨ ਜੀਵੀ ਗਿਆ ਅੰਦੋਲਨ ਜੀਵੀ ਜਿਹੜੇ ਆ ਹਰ ਜਮਹੂਰੀ ਘੋਲ ਦੀ ਜਿੰਦ ਜਾਨ ਹੁੰਦੇ ਆ ਤੇ ਰਹਿਣਗੇ ਪ੍ਰਧਾਨ ਮੰਤਰੀ ਦੇ ਜਿਹੜੇ ਇਸ ਤਰ੍ਹਾਂ ਦੇ ਯਤਨ ਹੈ ਕਿ ਇਹਦੇ ਨਾਲ ਜਿਹੜੇ ਇੰਟੈਲੈਕਚੁਅਲ ਲੀਡਰਸ਼ਿਪ ਹੈ ਜਿਹੜੀ ਜਿਹੜੀ ਕਿਸਾਨ ਲੀਡਰਾਂ ਦਾ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀ ਹੈ ਉਹਨਾਂ ਦੇ ਦਰمیان کوئی ਪਾੜਾ ਪਾ ਦੇਗਾ ਪਾ ਦਿੱਤਾ ਜਾਏਗਾ ਜਾਂ ਲੋਕਾਂ ਦੀਆਂ ਨਜ਼ਰਾਂ ਚ ਜਿਹੜੇ ਇੰਟੈਲੈਕਚੁਅਲ ਹਨ ਉਹਨਾਂ ਨੂੰ ਡੇਗ ਦਿੱਤਾ ਜਾਏਗਾ ਇਸ ਤਰ੍ਹਾਂ ਦੀ ਗੱਲ ਹੋਣ ਵਾਲੀ ਨਹੀਂ ਹੈਗੀ ਤੇ ਇਹ ਤਾਂ ਜੇ ਪ੍ਰਧਾਨ ਮੰਤਰੀ ਖੁਦ ਹੀ ਅੰਦੋਲਨ ਜੀਵੀ ਰਹੇ ਜਿਹੜੇ ਸਾਰੀ ਉਮਰ ਜਿਹੜਾ কুর্তা ਪਜਾਮਾ ਪਾ ਕੇ ਤੇ ਮੋਢੇ ਤੇ ਝੋਲਾ ਲਟਕਾ ਕੇ ਸਾਰੇ ਭਾਰਤ ਚ ਘੁੰਮਦੇ ਰਹੇ ਤੇ ਵੱਖ-ਵੱਖ ਸੰਗਠਨਾਂ ਨਾਲ ਜੁੜੇ ਰਹੇ ਤੇ ਪ੍ਰਧਾਨ ਮੰਤਰੀ ਤੇ ਜੇ ਅੰਦੋਲਨ ਜੀਵੀਆਂ ਦੀ ਆਲੋਚਨਾ ਕਰਦੇ ਸਮਝੋ ਉਹ ਖੁਦ ਆਪਣੀ ਆਲੋਚਨਾ ਕਰ ਰਹੇ ਹੈ ਜੀ ਬਿਲਕੁਲ ਤੇ ਇਸ ਕਰਕੇ ਆਰਐਸਐਸ ਦਾ ਐਡਾ ਵੱਡਾ ਤਾਣਾ ਬਣਾਇਆ ਉਹ ਵੀ ਵੱਖ-ਵੱਖ ਤਰ੍ਹਾਂ ਦੀਆਂ ਜਥੇਬੰਦੀਆਂ ਚਲਾ ਰਿਹਾ ਹੈ ਉਹ ਵੀ ਸਾਰੇ ਅੰਦੋਲਨ ਜੀਵੀ ਹੈ ਤੇ ਇਸ ਕਰਕੇ ਅੰਦੋਲਨ ਜੀਵੀ ਅੰਦੋਲਨਕਾਰੀ ਜਿਹੜੇ ਆ ਇਹਨਾਂ ਚ ਕੋਈ ਫਰਕ ਹੁੰਦਾ ਨਹੀਂ ਹੈ ਜਿਹੜੇ ਇੱਕ ਫੋਰਫਰੰਟ ਤੇ ਲੜਦੇ ਆ ਇੱਕ ਪਿੱਛੇ ਰਹਿ ਕੇ ਅੰਦੋਲਨ ਨੂੰ ਨ ਬਾਦਕ ਅਗਵਾਈ ਦਿੰਦੇ ਇਹ ਦੋਨੇ ਤਾਲਮੇਲ ਨਾਲ ਹੀ ਕੰਮ ਚੱਲਦਾ ਹਰ ਮੂਵਮੈਂਟ ਚ ਅੰਦੋਲਨ ਜੀ ਵੀ ਹੁੰਦੇ ਆ ਤੇ ਅੰਦੋਲਨਕਾਰੀ ਵੀ ਹੁੰਦੇ ਜੀ ਬਿਲਕੁਲ ਮਾਨਕ ਸਰ ਦਰਸ਼ਕ ਜੁੜੇ ਹੋਏ ਨੇ ਅਜਮੇਰ ਸਿੰਜਰ ਤੇ ਹੋਰ ਵੀ ਕੋਈ ਦਰਸ਼ਕ ਨੇ ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਪਵਿੱਤਰ ਹੈ ਪਰ ਕਿਸਾਨ ਆਗੂ ਅੰਦੋਲਨ ਜੀ ਵੀ ਨੇ ਪਰ ਜੀ ਵੀ ਨਹੀਂ ਇੱਕ ਪਾਸੇ ਕਿਸਾਨ ਅੰਦੋਲਨ ਨੂੰ ਪਵਿੱਤਰ ਕਿਹਾ ਜਾ ਰਿਹਾ ਤੇ ਕਿਸਾਨ ਆਗੂਆਂ ਦੇ ਖਿਲਾਫ ਅਜਹੀ ਸ਼ਬਦਾਵਲੀ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਰਕੇਸ਼ ਇਹ ਤਾਂ ਲੋਕਾਂ ਨੂੰ ਪੰਬਲ ਭੂਸੇ ਚ ਪਾਣਾ ਜਿਹੜਾ ਪ੍ਰਧਾਨ ਮੰਤਰੀ ਜਿਹੜੀ ਹੈ ਨਾ ਬਹੁਤ parce ਜਿਹੜੇ ਜਿਹੜੇ ਕਿ ਹੰਡੇ ਹੋਏ ਭਾਸ਼ਣਕਾਰ ਆ ਉਹ ਕੋਈ ਨਾ ਕੋਈ ਇਦਾਂ ਦੀਆਂ ਚੀਜ਼ਾਂ ਲੱਭ ਲੈਂਦੇ ਆ ਜਮਲੇ ਲੱਭ ਲੈਂਦੇ ਆ ਜਿਹਦੇ ਨਾਲ ਲੋਕਾਂ ਦਾ ਧਿਆਨ ਆਰਜੀ ਤੌਰ ਤੇ ਅਸਲ ਮੁੱਦੇ ਤੋਂ ਭਟਕ ਕੇ ਹੋਰ ਪਾਸੇ ਚਲ ਜਾਂਦਾ ਤੇ ਉਹ ਇਸ ਤਰ੍ਹਾਂ ਦੇ ਯਤਨ ਜਿਹੜੇ ਪ੍ਰਧਾਨ ਮੰਤਰੀ ਕਰਦੇ ਰਹਿੰਦੇ ਆ ਤੇ ਹੁਣ ਵੀ ਉਹਨਾਂ ਨੇ ਕੀਤਾ ਤੇ ਵਿਰੋਧੀ ਪਾਰਟੀਆਂ ਦੇ ਅੱਗੇ ਬੜੀ ਵੱਡੀ ਚੁਣੌਤੀ ਹੈ ਕਿਸਾਨ ਅੰਦੋਲਨ ਕਾਰੀਆਂ ਦੇ ਅੱਗੇ ਬੜੀ ਵੱਡੀ ਚੁਣੌਤੀ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਵੱਲੋਂ ਜਿਹੜੇ ਇਦਾਂ ਦੇ ਤੀਰ ਛੱਡੇ ਜਾ ਰਹੇ ਆ ਉਹਦਾ ਟੁਕਮਾ ਜਵਾਬ ਜਿਹੜਾ ਹੈ ਉਹ ਟੁਕਮੇ ਸ਼ਬਦ ਲੱਭ ਕੇ ਉਹ ਦਾ ਜਵਾਬ ਦੇਣਾ ਜੀ ਬਿਲਕੁਲ ਸੋ ਲਗਾਤਾਰ ਜਿਨਾ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਵੱਲੋਂ ਕਾਲੇ ਦੱਸਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਨਾ ਖੇਤੀ ਕਾਨੂੰਨਾਂ ਦੇ ਰੰਗ ਤੇ ਨਾ ਜਾਓ ਇਸ ਦੇ ਨਤੀਜੇ ਵਧੀਆ ਹੋਣਗੇ ਸੋ ਆਪਣੇ ਵੱਲੋਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੋ ਲਗਾਤਾਰ ਸੰਕੇਤ ਇਹ ਪਰਮਜੀਤ ਜੀ ਇਹ ਅੰਦੋਲਨ ਲੰਮਾ ਚਲੇਗਾ ਇਹ ਅੰਦੋਲਨ ਕਾਰਪੋਰੇਟ ਵਿਕਾਸ ਮਾਡਲ ਨੂੰ ਚੁਣੌਤੀ ਦੇ ਰਿਹਾ ਤੇ ਇਹ ਸਰਕਾਰ ਜਿਹੜੀ ਆ ਕਾਰਪੋਰੇਟ ਡਵੈਲਪਮੈਂਟ ਮਾਡਲ ਨੂੰ ਹਰ ਹੀਲੇ ਲਾਗੂ ਕਰਨਾ ਚਾਹੁੰਦੀ ਹੈ ਇਸ ਕਰਕੇ ਦੋਨਾਂ ਤਰ੍ਹਾਂ ਚ ਨੇੜ ਭਵਿੱਖ ਚ ਇਹ ਕੋਈ ਛੇਤੀ ਸਮਝੋਤਾ ਹੋਣ ਦੀ ਆਸ ਨਹੀਂ ਹੈ ਅੰਦੋਲਨ ਲੰਮਾ ਚੱਲੂਗਾ ਤੇ ਇਹ ਅੰਦੋਲਨ ਹੌਲੀ ਹੌਲੀ ਜਿਹੜਾ ਇਸ ਵੇਲੇ ਕਿਸਾਨ ਅੰਦੋਲਨ ਹੈ ਤੇ ਜੇ ਟਕੈਤ ਨੇ ਕਿਹਾ ਵੀ ਅਸੀਂ ਸਰਕਾਰ ਮੋਦੀ ਸਰਕਾਰ ਨਹੀਂ ਬਦਲਣਾ ਚਾਹੁੰਦੇ ਅਸੀਂ ਸਿਰਫ ਆਪਣੀਆਂ ਮੰਗਾਂ ਮੰਨਵਾਉਣ ਲਈ ਲੜ ਰਹੇ ਹਾਂ ਪਰ ਇਹ ਤਕਾਇਤ ਹੋਣਾਂ ਦੇ ਕਹਿਣ ਦੇ ਬਾਵਜੂਦ ਜੇ ਸਰਕਾਰ ਦਾ ਵਤੀਰਾ ਇਸ ਅੰਦੋਲਨ ਪ੍ਰਤੀ ਨਕਾਰਮਤ ਨਕਾਰਾਤਮਕ ਰਿਹਾ ਉਹਨਾਂ ਨੇ ਇਹ ਅੰਦੋਲਨ ਦੀ ਗੱਲ ਨਾ ਸੁਣੀ ਤੇ ਇਹ ਹੌਲੀ-ਹੌਲੀ ਚਾਹੇ ਇਹਦੇ ਲਈ ਕੋਈ ਤਿਆਰ ਹੋਵੇ ਨਾ ਤਿਆਰ ਹੋਵੇ ਹੌਲੀ-ਹੌਲੀ ਇਹ ਕਿਸਾਨ ਅੰਦੋਲਨ ਇਹ ਜਿਹੜਾ ਉਤਰੀ ਪਾਰਦੇ ਚ ਖਾਸ ਕਰਕੇ ਇੱਕ ਰਾਜਨੀਤਿਕ ਅੰਦੋਲਨ ਜੀ ਤਬਦੀਲ ਹੋ ਜਾਏਗਾ ਜੀ ਬਿਲਕੁਲ ਮਾਨਕ ਸਿੰਘ ਸਾਹਿਬ ਇਹ ਅੰਦੋਲਨ ਕਿਸਾਨਾਂ ਦੇ ਵੱਲੋਂ ਜੋ ਕੀਤਾ ਗਿਆ ਇਹ ਕਿਤੇ ਨਾ ਕਿਤੇ ਨਿੱਜੀ ਕਾਰਪੋਰੇਟਰਾਂ ਦੇ ਖਿਲਾਫ ਵੀ ਹੈ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ ਵੀ ਹੈ ਸਰਕਾਰ ਦੇ ਉਸ ਫੈਸਲੇ ਖਿਲਾਫ ਹੈ ਜੋ ਖੇਤੀ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਸੇ ਦੇ ਨਾਲ ਜੋ ਰਕੇਸ਼ ਤਕੈਤ ਨੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਰਾਜ ਸਭਾ ਚ ਰੋਏ ਨੇ ਪਾਵੁਕ ਹੋਏ ਨੇ ਜੇਕਰ ਦੋ ਹੰਝੂ ਸ਼ਹੀਦ ਹੋਏ 200 ਦੇ ਕਰੀਬ ਕਿਸਾਨਾਂ ਦੇ ਲਈ ਵੀ ਵਹਾ ਦਿੰਦੇ ਤਾਂ ਕੀ ਜਾਣਾ ਸੀ ਕਿੰਜ ਦੇਖਦੇ ਹੋ ਦੇਖੋ ਇਹ ਤਾਂ ਇੱਕ ਸਵੇਦਨ ਸ਼ੀਲ ਜਿਹੜਾ ਲੀਡਰ ਹੈ ਉਹ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਜਿਹੜੇ ਇਸ ਕੜਕ ਦੀ ਠੰਡ ਦੇ ਵਿੱਚ ਜਿਹੜੇ ਜੇ ਹੁਣ ਤਾਂ ਗਿਣਤੀ ਜਿਹੜੀ 150 ਤੋਂ 200 ਤੱਕ ਗਈ ਜਾ ਰਹੀ ਹੈ ਕਿ ਲੋਕ ਜਿਹੜੇ ਕਿਸਾਨ ਉਥੇ ਸ਼ਹੀਦ ਹੋਏ ਆ ਜਿਹੜੇ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਨੇ ਪਿਛਲੇ ਦਿਨਾਂ ਰਾਜ ਸਭਾ ਚ ਲੋਕ ਸਭਾ ਚ ਜਿਹੜਾ ਕਈ ਵਾਰ ਉਹ ਬੋਲੇ ਆ ਉਹਦੇ ਵਿੱਚ ਉਹਨਾਂ ਨੂੰ ਇਹ ਨਾ ਕਿਸਾਨਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਸੀ ਔਰ ਇਹ ਤੇ ਅਫਸੋਸ ਪ੍ਰਗਟ ਕਰਨਾ ਚਾਹੀਦਾ ਸੀ ਉਹਨਾਂ ਨੂੰ ਜੇ ਉਹ ਪ੍ਰਧਾਨ ਮੰਤਰੀ ਉਹਨਾਂ ਦੇ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਸਿਰਫ ਆਪਣੇ ਮਨ ਦੀ ਗੱਲ ਕਰਦੇ ਆ ਗੁਜਰਾਤ ਦੇ ਵਿੱਚ ਜਿਹੜੀ ਜਦੋਂ ਮੁੱਖ ਮੰਤਰੀ ਸੀ 2000 ਲੋਕ ਜਿਹੜੇ ਮੁਸਲਮ ਭਾਈਚਾਰੇ ਨਾਲ ਸੰਬੰਧਿਤ ਘੱਟ ਗਿਣਤੀ ਨਾਲ ਸੰਬੰਧਿਤ 2 ਯਾਰ ਲੋਕ ਜਿਹੜੇ ਫਿਰ ਫਿਰਕੂ ਦੰਗਿਆਂ ਚ ਮਰੇ ਗਏ ਜੇ ਉਹਦੇ ਚ ਬਹੁਤ ਸਾਰੇ ਹਿੰਦੂ ਵੀ ਮਰੇ ਗਏ ਗਈ ਤੇ ਉਹਨਾਂ ਬਾਰੇ ਇੱਕ ਅੱਖਰ ਨਹੀਂ ਬੋਲਿਆ ਉਹਨਾਂ ਨੇ ਉਹਤੇ ਕੋਈ ਦੁੱਖ ਜाहिर ਨਹੀਂ ਕੀਤਾ ਇਸੇ ਤਰ੍ਹਾਂ ਜਦੋਂ ਬਾਬਰੀ ਮਸਜਿਦ ਜਿਹੜੀ ਢਾਈ ਗਈ ਹੈ ਉਹਦੇ ਉਸ ਵੇਲੇ ਜਿਹੜਾ ਯੁੱਧ ਆਦੇ ਆਲੇ ਦੁਆਲੇ ਤੇ ਹੋਰ ਵੱਖ-ਵੱਖ ਥਾਵਾਂ ਤੇ ਦੇਚ ਪ੍ਰਸਾਦ ਹੋਏ ਉਹ ਜਿਹੜਾ 2000 ਲੋਕ ਉੱਤੇ ਉੱਥੇ ਮਰੇ ਗਏ ਸੀ ਤੇ ਇਹ ਇਸ ਤਰ੍ਹਾਂ ਇਹ ਜਿਹੜੀ ਇਦਾਂ ਦੀ ਜਦੋਂ ਵੀ ਘਟਨਾਵਾਂ ਕੋਈ ਹੁੰਦੀਆਂ ਤੇ ਪ੍ਰਧਾਨ ਮੰਤਰੀ ਜਾਂ ਜਿਹੜੇ ਭਾਜਪਾ ਦੇ ਹੋਰ ਲੀਡਰ ਹੈ ਉਹਦੇ ਚ ਉਹ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਨਹੀਂ ਕਰਦੇ ਉਹ ਸਿਰਫ ਆਪਣੀ ਗੱਲ ਕਰਦੇ ਆ ਆਪਣੇ ਮਨ ਦੀ ਗੱਲ ਕਰਦੇ ਆ ਜੀ ਬਿਲਕੁਲ ਮਾਨ ਸਿੰਘ ਸਾਹਿਬ ਇਸ ਨਾਲ ਜੁੜਾ ਸਿਰਫ ਆਖਰੀ ਸਵਾਲ ਕਿ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਨਿੱਜੀ ਕੰਪਨੀਆਂ ਕਾਰਪੋਰੇਟਰਾਂ ਦੇ ਫਾਇਦੇ ਵੀ ਗਿਨਾਏ ਗਏ ਆ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅੰਦੋਲਨ ਦੇ ਦੌਰਾਨ ਕਾਰਪੋਰੇਟਰਾਂ ਨੂੰ ਗਾਲਾਂ ਕੱਢਣੀਆਂ ਜਾਂ ਅਜਿਹੀ ਸ਼ਬਦਾਵਲੀ ਵਰਤਣਾ ਵੀ ਸਹੀ ਨਹੀਂ ਹੈ ਦੁੱਖ ਉਹਨਾਂ ਨੂੰ ਨਿੱਜੀ ਕਾਰਪੋਰੇਟਰਾਂ ਦਾ ਹੋਇਆ ਦਰਸ਼ਕਾਂ ਦਾ ਕਹਿਣਾ ਕਿੰਜ ਵੇਖਦੇ ਹਾਂ ਹਾਂ ਤੇ ਦੁੱਖ ਜਿਹੜਾ ਜੈਸੀ ਦਾ ਕਹਿੰਦੇ ਇੱਕ ਪੱਤਰਕਾਰ ਦੇ ਤੌਰ ਤੇ ਮੇਰਾ ਤਾਂ ਹਮੇਸ਼ਾ ਇਹ ਯਤਨ ਹੁੰਦਾ ਕਿ ਸ਼ਬਦਾਵਲੀ ਜਿਹੜੀ ਹੈ ਚਾਹੇ ਤੁਹਾਡੇ ਵਿਰੋਧੀ ਹੋਣ ਚਾਹੇ ਤੁਹਾਡੇ ਸਮਰਥਕ ਹੋਣ ਸ਼ਬਦਾਵਲੀ ਜਿਹੜੀ ਸੋਚ ਸਮਝ ਕੇ ਸਾਨੂੰ ਸਬਯਕ ਸ਼ਬਦਾਵਲੀ ਹੀ ਵਰਤਣੀ ਚਾਹੀਦੀ ਹੈ ਪਰ ਜਿਹੜੇ ਦਰਸ਼ਕ ਇਹ ਸਵਾਲ ਕਰ ਰਹੇ ਆ ਇਹ ਵੀ ਠੀਕ ਹੈ ਕਿ ਤੁਹਾਨੂੰ ਤੁਸੀਂ ਕਾਰਪੋਰੇਟਰਾਂ ਲਈ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਜਾਂ ਭਾਜਪਾ ਆਗੂਆਂ ਜਾਂ ਪ੍ਰਧਾਨ ਮੰਤਰੀ ਲਈ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਉਹਦਾ ਤਾਂ ਤੁਹਾਨੂੰ ਦੋਖਿਆ ਤੇ ਜਿਹੜੀ ਕਿਸਾਨਾਂ ਬਾਰੇ ਕਿਸਾਨ ਅੰਦੋਲਨ ਬਾਰੇ ਉਹਨੂੰ ਬਦਨਾਮ ਕਰਨ ਲਈ ਜਿਹੜੀ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਹਦਾ ਜਿਹੜਾ ਮੀਡੀਆ ਦੇ ਉੱਪਰ ਵਰਤੀ ਜਾ ਰਹੀ ਹੈ ਉਹਨਾਂ ਨੂੰ ਅਤਵਾਦੀ ਦੇਸ਼ ਧਰੋਹੀ ਤੱਕ ਕਿਹਾ ਜਾ ਰਿਹਾ ਜਿਹੜੀ ਦੇਸ਼ ਲਈ ਦੇਸ਼ ਨੂੰ ਅਨਾਜ ਸੁਰੱਖਿਆ ਮਈਆ ਕਰਨ ਵਾਲੇ ਕਿਸਾਨਾਂ ਨੂੰ ਤੇ ਦੇਸ਼ ਧਰੋਹੀ ਤੱਕ ਗਦਾ ਰਾਤਵਾਦੀ ਖਾਲਸਤਾਨੀ ਕਿਹਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਉਹਦੇ ਬਾਰੇ ਵੀ ਕੋਈ ਚਾਰ ਗੱਲਾਂ ਦੂਜੇ ਵਿੱਚ ਕਰ ਲੰਦੇ ਜਿਹੜਾ ਸੰਸਦਿਤ ਤੇ ਚੰਗੀ ਗੱਲ ਹੋਣੀ ਸੀ ਜੀ ਬਿਲਕੁਲ ਸੋ ਲਗਾਤਾਰ ਰੈਡ ਦਾ ਬਰਕਰਾਰਾ ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਮੋਦੀ ਸਰਕਾਰ ਰੜੀ ਹੋਈ ਹੈ ਕਿ ਉਹ ਕਾਨੂੰਨ ਰੱਦ ਨਹੀਂ ਕਰੇਗੀ ਉੱਥੇ ਹੀ ਕਿਸਾਨਾਂ ਦੀ ਇੱਕੋ ਹੀ ਮੰਗ ਹੈ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਉਹ ਦਿੱਲੀ ਦੇ ਬਾਹਰਾਂ ਤੋਂ ਵਾਪਸੀ ਕਰਨਗੇ ਸੋ ਇਸ ਅੰਦੋਲਨ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਲਈ ਅੱਜ ਪੰਜਾਬ ਦੇ ਵਿੱਚ ਮਹਾ ਕਿਸਾਨ ਪੰਚਾਇਤ ਬੁਲਾਈ ਗਈ ਹੈ ਜਗਰਾਉ ਮੰਡੀ ਦੇ ਵਿੱਚ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਦੇ ਬਾਬਤ ਹਾਰਾ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਕਵਰੇਜ ਦਿਖਾ ਰਹੇ ਹਾਂ ਅਸੀਂ ਨਾਲ ਦੇ ਨਾਲ ਮਾਨਕ ਸਿੰਘ ਸਾਹਿਬ ਸਮੇਂ ਦੀ ਨਜ਼ਾਕਰ ਨੂੰ ਵੇਖਦੇ ਹੋਏ ਆਖਰੀ ਸਵਾਲ ਕਿ ਪੀਮਾ ਕੋਰੇਗਾਓਂ ਮਾਮਲਾ ਮੁਰਤੋਂ ਸੁਰਖੀਆਂ ਦੇ ਵਿੱਚ ਹੈ ਕਿ ਆ ਜਾ ਰਿਹਾ ਹੈ ਕਿ ਸਮਾਜਿਕ ਕਾਰਕੁਨ ਰੋਨਾ ਵਿਲਸਨ ਦੇ ਖਿਲਾਫ ਇੱਕ ਸਾਜ਼ਿਸ਼ ਸੀ ਕਿੰਜ ਵੇਖਦੇ ਹੋ ਮਾਮਲਾ ਕੀ ਹੈ ਦਰਸ਼ਕਾਂ ਨੂੰ ਜਕਰ ਦੱਸਣਾ ਹੈ ਵੇਖੋ ਜੀ ਇਹ ਜਿਹੜਾ ਹੈਗੀ ਜਿਹੜਾ ਮਾਮਲਾ ਹੈ ਇਹ 2018 ਦਾ ਹੈ ਉੱਥੇ ਪੀਮਾ ਕੋਰੇਗਾਓਂ ਦੇ ਵਿੱਚ ਜਿਹੜੇ ਜਿਹੜੀ ਇਹ ਪੀਮਾ ਉੱਥੇ ਲੜਾਈ ਹੋਈ ਸੀਗੀ ਅੰਗਰੇਜ਼ਾਂ ਦੇ ਸਮੇਂ ਉਹਦੇ ਵਿੱਚ ਇੱਕ ਪਾਸੇ ਮਰਹਟਿਆਂ ਦੀ ਫੌਜ ਸੀ ਤੇ ਦੂਜੇ ਪਾਸੇ ਅੰਗਰੇਜ਼ਾਂ ਦੀ ਫੌਜ ਸੀ ਤੇ ਅੰਗਰੇਜ਼ਾਂ ਵੱਲੋਂ ਜਿਹੜੀ ਫੌਜ ਨੇ ਉੱਥੇ ਲੜਾਈ ਲੜੀ ਉਹਦੇ ਜ ਵੱਡੀ ਗਿਣਤੀ ਦਲਤ ਸੀਗੇ ਤੇ ਉਹਦੇ ਵਿੱਚ ਜਿਹੜੇ ਆ ਦਲਤ ਜਿਹੜੇ ਆ ਇੰਟੈਲੈਕਚੁਅਲ ਕੋਈ ਆਰਗੇਨਾਈਜੇਸ਼ਨ ਬਣੀ ਹੋਈ ਹੈ ਉਹ ਹਰ ਸਾਲ ਜਿਹੜੀ ਆ ਉਹ ਜਿਹੜੇ ਉੱਥੇ ਉਹ ਜਿਹੜਾ ਜੰਗ ਹੋਈ ਸੀ ਉਹਦੀ ਪੀਮਾ ਕੋਰੇ گاؤں ਚ ਉਹਦੀ ਯਾਦਗਾਰ ਮਨਾਉਂਦੇ ਆ ਪਿਛਲੇ 10 ਕਿਆਂ ਤੋਂ ਮਨਾਉਂਦੇ ਆ ਆਏ ਆ ਇਸ ਵਾਰ ਜਿਹੜੀਆਂ ਕੁਝ ਜਿਹੜੀਆਂ 2018 ਚ ਕੁਝ ਹਿੰਦੂ ਤੇ ਬੰਦਿਆਂ ਨੇ ਇਹਦਾ ਵਿਰੋਧ ਕੀਤਾ ਸੀ ਉੱਥੇ ਹਿੰਸਾ ਹੋਈ ਟਕਰਾਅ ਹੋਇਆ ਤੇ ਜਿਹੜਾ ਉਹ ਉਹ ਜਾਦ ਮਨਾਉਂਦੇ ਸੀ ਉਹਨਾਂ ਦੀ ਉਹਨਾਂ ਦੀ ਤੇ ਜਿਹੜੇ ਉਹਦਾ ਵਿਰੋਧ ਕਰਦੇ ਸੀ ਉਹਨਾਂ ਦੇ ਦਰਮਿਆਨ ਉਹਨੂੰ ਮੁੱਖ ਰੱਖ ਕੇ ਜਿਹੜਾ ਮਹਾਰਾਸ਼ਟਰ ਸਰਕਾਰ ਨੇ ਉਸ ਸਮੇਂ ਕੇਸ ਦਰਜ ਕੀਤੇ ਸੀਗੇ ਕਿ ਤੇ ਉਹਦੇ ਉਹਦੇ ਸਬੰਧ ਚ ਇਹ ਗੱਲ ਬਾਅਦ ਚ ਏਜੰਸੀਆਂ ਨੇ ਸੁਰੱਖਿਆ ਏਜੰਸੀਆਂ ਨੇ ਇਹ ਕਿਹਾ ਕਿ ਜਿਹੜੇ ਇਸ ਅੰਦੋਲਨ ਨਾਲ ਜੁੜੇ ਹੋਏ ਲੋਕ ਸੀਗੇ ਉਹਨਾਂ ਦੇ ਕੰਪਿਊਟਰਾਂ ਚੋਂ ਜਿਹੜੀ ਐ ਇਦਾਂ ਦੇ ਦਸਤਾਵੇਜ਼ ਮਿਲੇ ਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ ਸੀ ਤੇ ਜੇ ਸੁਰੱਖਿਆ ਏਜੰਸੀਆਂ ਨੇ ਇਹ ਵੀ ਕਿਹਾ ਸੀ ਕਿ ਇਹ ਜਿਹੜੇ ਲੋਕ ਆ ਜਿਹੜੇ ਜਿਹੜੇ ਜਥੇਬੰਦੀ ਨਾਲ ਜੁੜੇ ਹੋਏ ਆ ਜਿਹੜੇ ਪੀਮਾ ਕੋਰੇਗਾਉਂ ਜੰਗ ਦੀ ਯਾਦਗਾਰ ਮਨਾਉਂਦੇ ਆ ਉਹਦੀ ਵਰੇਗੰਡ ਮਨਾਉਂਦੇ ਆ ਇਹਦੇ ਵਿੱਚ ਸ਼ਹਿਰੀ नक्सली ਲੋਕ ਜਿਹੜੇ ਸ਼ਾਮਲ ਹੈ ਇਹਨਾਂ ਦੇ ਉਹ ਹੁਣ ਮੁਕਦਮਾ ਚੱਲਦਾ ਲੰਬੇ ਸਮੇਂ ਤੋਂ ਜ ਜੀ 80 ਸਾਲ ਦੇ ਸ਼ਾਇਰ ਤੇ ਲੇਖਕ ਉਸ ਕੇਸ ਵਿੱਚ ਸ਼ਾਮਲ ਹੈ ਅਦਾਲਤਾਂ ਨੇ ਵੀ ਸਖਤ ਰੁਖ ਅਕਤਿਆਰ ਕੀਤਾ ਪ੍ਰਧਾਨ ਮੰਤਰੀ ਦੀ ਸਾਸ਼ ਨੂੰ ਸ਼ਾਇਦ ਮੁੱਦਾ ਮੰਨ ਕੇ ਕਿ ਜਮਾਨਤਾਂ ਨਹੀਂ ਹੋਈਆਂ ਉਹਨਾਂ ਦੀਆਂ ਕਈ ਬਿਮਾਰ ਲੋਕ ਹਸਪਤਾਲਾਂ ਚ ਦਾਖਲਿਆ ਫਿਰ ਉਹਨਾਂ ਜੇਲ੍ਹਾਂ ਚ ਭੇਜ ਦਿੱਤਾ ਜਾਂਦਾ ਹੁਣ ਉਸ ਸੰਬੰਧ ਚ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਬਚਾਓ ਪੱਖ ਦੇ ਵਕੀਲ ਸੀਗੇ ਜਿਹੜਾ ਰੋਲਾ ਵਿਲਸਨ ਦੇ ਜਿਹੜੇ ਵਕੀਲ ਸੀਗੇ ਉਨਾ ਨੇ ਅਮਰੀਕਾ ਦੀ ਇੱਕ ਨਾਮੀ ਜਿਹੜੀ ਜਿਹੜੀ ਏਜੰਸੀ ਹੈਗੀ ਹੈ ਉਹਦੇ ਕੋਲੋਂ ਜਾਂਚ ਕਰਾਈਆ ਜਿਹੜੀ ਕੰਪਿਊਟਰ ਦੇ ਵਿੱਚ ਜਿਹੜੀ ਰੋਨਾ ਵੇਲਸਨ ਹੈ ਕਿ ਰੋਨਾ ਰੋਨਾ ਹਾਂਜੀ ਰੋਨਾ ਵੇਲਸਨ ਦੇ ਕੰਪਿਊਟਰ ਦੇ ਵਿੱਚ ਜਿਹੜੇ ਦਸਤਾਵੇਜ਼ ਦਸ ਪਾਏ ਗਏ ਸੀ ਜਿਨ੍ਹਾਂ ਵਿੱਚ ਕਿਹਾ ਗਿਆ ਪ੍ਰਧਾਨ ਮੰਤਰੀ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ ਜਿਹਦੇ ਆਧਾਰ ਤੇ ਅਦਾਲਤਾਂ 'ਚ ਕਿਹਾ ਗਿਆ ਸੀਗਾ ਉਹ ਜਿਹੜੀ ਹੁਣ ਇਹ ਗੱਲ ਜਾਂਚ ਜਿਹੜੀ ਉਹ ਲੈਬੋਰਾਟਰੀ ਕੰਪਿਊਟਰ ਲੈਬੋਰਾਟਰੀ ਤੋਂ ਅਮਰੀਕਾ 'ਚ ਜਾਂਚ ਹੋਈ ਹੈ ਉਹਨੇ ਕਿਹਾ ਕਿ ਇਹ ਹੈਕਰਾਂ ਨੇ ਇਹ ਕੰਪਿਊਟਰ ਹੈ ਕਰਕੇ ਇਹ ਤਰਾਜੋਗ ਦਸਤਾਵੇਜ਼ ਉਹਨਾਂ ਦੇ ਕੰਪਿਊਟਰ ਵਿੱਚ ਪਾਏ ਗਏ। ਦਸੋ ਇਹ ਜੇ ਗੱਲ ਸਾਬਤ ਹੋ ਜਾਂਦੀ ਹੈ ਤੇ ਇਹ ਜਿਹੜਾ ਕੇਸ ਜਿਹੜਾ ਇਹ ਸਾਰਾ ਹੀ ਉਲਟ ਜਾਏਗਾ ਪਿਛਲੇ ਜਿਹੜੇ ਜਿਹੜੇ 2 ਸਾਲਾਂ ਤੋਂ ਇਹ ਲਗਾਤਾਰ ਧੂਆਂ ਦਾ ਪਚਾਰਕ ਕੀਤਾ ਜਾ ਰਿਹਾ ਕਿ ਜਿਹੜੇ ਇਹਦੇ ਪਿੱਛੇ ਨਕਸਲੀਆਂ ਦਾ ਹੱਥ ਸੀ ਉਹ ਪ੍ਰਧਾਨ ਮੰਤਰੀ ਨੂੰ ਮਾਰਨਾ ਚਾਹੁੰਦੇ ਸੀ ਇਹ ਸਾਰਾ ਕੇਸ ਪਲਟ ਜਾਏਗਾ ਜੇ ਸਾਬਤ ਹੋ ਜਾਂਦੀ ਹੈ ਗੱਲ ਕਿ ਕਿਸੇ ਜੈਸ ਰੱਖਿਆ ਏਜੰਸੀ ਨੇ ਜਾਂ ਕਿਸੇ ਜਿਹੜਾ ਦਲਤ ਅੰਦੋਲਨ ਦੇ ਵਿਰੋਧੀਆਂ ਨੇ ਇਹ ਸਾਜ਼ਿਸ਼ ਕਰਕੇ ਇਹ ਜਿਹੜੇ ਦਸਤਾਵੇਜ਼ ਉਹਨਾਂ ਦੇ ਕੰਪਿਊਟਰਾਂ 'ਚ ਪਾਏ ਸੀ ਤੇ ਇਹ ਇੱਕ ਬਹੁਤ ਵੱਡੀ ਗੱਲ ਹੋਏਗੀ ਤੇ ਸਾਰਾ ਕੇਸ ਪਲਟ ਜਾਏਗਾ ਤੇ ਉਹਨਾਂ ਲੋਕਾਂ ਨੂੰ ਵੀ ਕਰਾਰਾ ਜਵਾਬ ਮਿਲੇਗਾ ਜਿਹੜੇ ਜਿਹੜੇ ਇੱਕ ਦਲਤ ਅੰਦੋਲਨ ਨੂੰ ਬਦਨਾਮ ਕਰਨ ਲਈ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਹਰਬੇ ਵਰਤੇ ਜੀ ਬਿਲਕੁਲ ਸੋ ਇਸ ਦੀ ਬਾਬਤ ਹਰ ਅਪਡੇਟ ਲਈ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅੱਜ ਦੇ ਵਿਚਾਰ ਚਰਚਾ ਦੇ ਵਿੱਚ ਐਨਹੀਂ ਮੈਨੂੰ ਪਰਮਜੀਤ ਕੁਰਸਾਨੀਆ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਰਕ ਜਿੰਦ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ